बिस्मिल्लाहिर्रहमानिर्रहीम अस्सलातु वस्सलामु अलैका या सय्यदी या रसूलल्लाह व अला आलिका व सहाबिका या सय्यदी या खातमुन नबियीन। सुभानअल्लाह, जी दोस्तों हाजिर हो गया जी। खैर हो गई, किसी स्याने लाया नाल यार। हाँ भाई साबरी साहब कॉल करो जी। साबरी साहब कमेंट करो, कमेंट मैं तुम करना वा, इनवाइट करना। कारी साहब दिमाग तेज़ करने का कोई तरीका बता दें, किसी की ना रबता करो यार। आना साहब दवाई शोई खाओ या नमाज पढ़िया करो। नमाज पढ़न दे नाल ना दिमाग तेज़ होंदा, चूंकि सजदा करी दे ना सजदा, तो दिमाग जमीन ते लगदा है सजदे दी हालत, उन्हें दिमाग तेज़ होंदा। दिमाग तेज़ करन दा बेहतरीन तरीका जिहड़ा ना वो नमाज, नमाज पढ़ी जाए। ठीक है जी राणा साहब, ठीक है ना जी। नमाज पढ़िया करो, पांच टाइम नमाज पढ़ो, दिमाग आप ही तेज़ हो जाने। और दूसरी बात है वे कि किसी का दिमाग माउफ नहीं होंदा, ये गल ज़हन च रखियो। अल्लाह ने फितरत के उत्ते पैदा किया है हर एक नूं, ते फितरत इंसान की जिहड़ी वह बराबर है। सब नफसियाती मामलात होंदे ने, एक बंदे का जहन बन जाता है कि मैं जहनी तौर पर कमज़ोर हाँ, वो जहनी तौर पर कमज़ोर हो जाता। बचपन च वालदैन ने या भैन भरावां ने या क्लास फैलो दोस्तों ने कह के कि इहदा दिमाग कमज़ोर है, इनू दिमागी कमज़ोरी है, इन लायक है। हाँ भूल जाते हो, उही है नफसियाती है, यह नफसियाती मामला। तुसी ये नफसियात कढ़ते हो कि तुहानू कोई चीज़ भुल जाती है, तुहाडी नफसियात बनी है, यह बचपन तो होएगी। कोई ऐसा हादसा हो जाता है या कोई ऐसी चीज़ होंदी है, कुछ दोस्त अहबाब होंगे ने, कोई ऐसा जेन बना देंगे ने, समझ आई कि नहीं। तो अच्छा ठीक, तो यह बाहर नफसियाती चीज़ा होंगे ने राणा साहब। फितरतन सब ठीक है, अल्लाह पाक के बनाए हुए निज़ाम है। तुसी ना अपने आप नूं मजबूत समझो, ऐसेन चीज़ ना ले आओ जी मैं मेरा जहन कमज़ोर है, मैनू चीज़ा भूल जांदियां ने। नहीं नहीं इंज नहीं, हारे बो भाई और नहीं यार इंज ना करो, और जुगत मारी है उन्होंने राणा साहब, गुस्सा ना करे जी।
ਠੀਕ ਹੋ ਗਏ। ਜੀ ਜੀ ਰਾਣਾ ਸਾਹਿਬ ਜ਼ਰੂਰ ਕਾਲ ਕਰੋ, ਹੈਲੋ ਮੈਂ ਇਨਵਾਈਟ ਕੀਤਾ ਤੁਹਾਨੂੰ। ਸਲਾਮ ਅਲੈਕੁਮ ਜੀ। ਵਾਲੇਕੁਮ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ ਕਿ ਤੁਸੀਂ ਸਾਨੂੰ ਕਾਲ ਦੇ ਲਿਆ। ਅੱਛਾ ਹੈ, ਤੁਸੀਂ ਗੱਲ ਜਿਹੜੀ ਨਾ, ਤਕਰੀਬਨ ਮੇਰਾ ਖਿਆਲ ਹੈ ਕਿ ਜੋ ਮੈਨੂੰ ਮਸਲਨ ਮਹਿਸੂਸ ਹੋਇਆ, 100 ਦੇ ਵਿੱਚੋਂ ਕੋਈ 70% ਤਕਰੀਬਨ ਠੀਕ ਹੈ। ਨਹੀਂ ਨਹੀਂ ਅੱਛਾ, ਮੈਂ ਨਾ 70% ਨੇ ਜੀ ਰਾਣਾ ਸਾਹਿਬ, ਮੈਂ ਤਬੀਬ ਹਾਂ, ਤਬੀਬ ਹੋਣ ਦੇ ਨਾਤੇ ਤੁਹਾਨੂੰ ਮੈਂ ਅਰਜ਼ ਕਰ ਰਿਹਾ, ਇਹ 100% 100% ਹੁੰਦਾ। ਦੇਖੋ ਪਤਾ ਕੀ ਬਿਲਕੁਲ ਹੈ, ਐਸੇ ਹੀ ਪਤਾ ਕੀ ਹੈ, ਸਾਡੇ ਕੋਲ ਮਰੀਜ਼ ਆਉਂਦੇ ਨੇ ਕਿ ਲਓ ਜੀ ਮਰਦਾਨਾ ਕਮਜ਼ੋਰੀ ਦੇ, ਜਾਂ ਮਤਲਬ ਹੁੰਦਾ ਨਾ ਤਾਂ ਮੁੰਡਿਆਂ ਦੀ ਉਹਨਾਂ ਜ਼ਿਹਨਾਂ 'ਚ ਬੈਠਾ ਹੁੰਦਾ ਜੀ ਇਹ ਫਲਾਂ ਹਰਕਤ ਕੀਤੀ ਇੱਥੇ ਇੰਜ ਹੋ ਜਾਂਦਾ, ਫਲਾਂ ਹਰਕਤ ਕਰੀਏ ਤਾਂ ਇੰਜ ਹੋ ਜਾਂਦਾ। ਆਪਸ 'ਚ ਬਹਿ ਕੇ ਨਾ ਇੱਕ ਦੂਜੇ ਨਾਲ ਮੀਟਿੰਗਾਂ ਕਰਦੇ ਨੇ, ਅਤੇ ਚੌਂਕਾਂ ਦੇ ਵਿੱਚ ਬਹਿ ਕੇ ਅਤੇ ਕਮਰਿਆਂ 'ਚ ਬਹਿ ਕੇ ਉਹ ਜਿਹੜੀ ਆਪਸ 'ਚ ਸੁਣ ਸੁਣਾ ਕੇ ਨਾ ਇੱਕ ਅਫਵਾਹ ਜਿਹੀ ਫੈਲ ਗਈ ਹੁੰਦੀ ਹੈ। ਉਹ ਅਫਵਾਹਾਂ ਜਿਹੜੀਆਂ ਨੇ ਉਹ ਅਸਰਅੰਦਾਜ਼ ਹੁੰਦੀਆਂ ਨੇ, ਇਹ ਗੱਲ ਜ਼ਿਹਨ 'ਚ ਰੱਖਿਆ। ਬਿਲਕੁਲ ਐਸਾ ਹੀ। ਹੁਣ ਵੇਖੋ ਨਾ ਤੁਸੀਂ, ਦੇਖੋ ਬਚਪਨ ਤੋਂ ਹੀ ਉਹ ਜਦੋਂ ਸੁਣਨਾ ਸ਼ੁਰੂ ਕੀਤਾ ਉਹਨੇ, ਮਾਂ ਨੇ ਕਿਹਾ ਇਹਦਾ ਤਾਂ ਜ਼ਿਹਨ ਹੀ ਕਮਜ਼ੋਰ ਹੈ, ਪਿਓ ਮਿਲਿਆ ਇਹਦਾ ਮੇਰਾ ਪੁੱਤਰ ਦਾ ਤਾਂ ਜ਼ਿਹਨ ਕਮਜ਼ੋਰ ਹੈ। ਅੱਛਾ ਬਚਪਨ 'ਚ ਹੀ ਜਦੋਂ ਮਾਂ ਅਤੇ ਪਿਓ ਘਰ 'ਚ ਇਹ ਗੱਲਾਂ ਕਰਨਗੇ ਕਿ ਇਹਨੂੰ ਕਿਸੇ ਹਕੀਮ ਅਤੇ ਡਾਕਟਰ ਨੂੰ ਵਿਖਾਈਏ, ਇਹਨੂੰ ਕੋਈ ਦਵਾਈ ਲਿਆ ਕੇ ਦਈਏ, ਸਾਡੇ ਇਸ ਬੱਚੇ ਦਾ ਜ਼ਿਹਨ ਕਮਜ਼ੋਰ ਹੈ, ਤੁਸੀਂ ਦੱਸੋ ਉਹ ਬਚਪਨ ਦੀ ਚੀਜ਼ ਵੱਡੇ ਹੋ ਕੇ ਕੀ ਬਣੇਗੀ। ਬਿਲਕੁਲ ਐਸੇ ਇਹ ਟੋਟਲ ਨਫਸਿਆਤੀ ਮਾਮਲਾ ਹੁੰਦੇ ਨੇ, ਹਕੀਕਤ ਹਾਲ ਇਹਦੇ 'ਚ ਕੋਈ ਨਹੀਂ ਹੈ, ਤਮਾਮ ਦੇ ਜ਼ਿਹਨ ਬਰਾਬਰ ਹੁੰਦੇ ਨੇ। ਠੀਕ ਹੈ, ਉਹ ਵੇ ਕੇ ਕੋਈ ਇਸਤੇਮਾਲ ਕਰੇ ਨਾ ਕਰੇ, ਇੰਜੀ ਕੁਵਤ ਮਰਦਮੀ ਦੀ ਕਮਜ਼ੋਰੀ ਕੋਈ ਕਮਜ਼ੋਰੀ ਨਹੀਂ, ਗੱਲ ਦੇਣ 'ਚ ਰੱਖਿਆ। ਹਕੀਮਾਂ ਨੇ ਤਾਂ ਤੁਹਾਨੂੰ ਪਾ ਲੈਣਾ ਲੰਮੇ, ਅਤੇ ਉਹਨਾਂ ਨੇ ਉਹਨਾਂ ਕੋਲ 5-7-10 ਹਜ਼ਾਰ ਰੁਪਇਆ ਲੈ ਕੇ ਤਾਂ ਤੁਹਾਨੂੰ ਕੋਈ ਪੁੜੀਆਂ 2-4 ਦੇ ਦੇਣੀਆਂ ਨੇ, ਉਹਨਾਂ ਨੇ ਤੁਹਾਨੂੰ ਕੋਈ ਨਾ ਕੁਝ ਨਾ ਕੁਝ ਦੇ ਕੇ ਟੋਰਨਾ। ਹਾਲਾਂਕਿ ਐਸਾ ਕੁਝ ਨਹੀਂ ਹੁੰਦਾ, ਅਸੀਂ ਵੀ ਅਗਰ ਕਿਸੇ ਨੂੰ ਦਵਾਈ ਦਿੰਦੇ ਹਾਂ ਨਾ, ਜਾਂ ਦਿੰਦੇ ਸਾਂ, ਹੁਣ ਤਾਂ ਮੈਂ ਛੱਡ ਛੱਡਿਆ ਬੜੀ ਦੇਰ ਦਾ ਕੰਮ, ਉਹ ਸਾਨੂੰ ਪਤਾ ਹੁੰਦਾ ਬੰਦਾ ਠੀਕ ਹੈ, ਅਤੇ ਹੁਣ ਉਹ ਹਾਂਜੀ ਉਹਦੇ ਕੋਲ ਪੈਸੇ ਨਾ, ਨਫਸਿਆਤੀ ਤੌਰ 'ਤੇ ਪੈਸੇ ਲੈਣੇ ਜ਼ਰੂਰੀ ਹੁੰਦੇ ਨੇ, ਉਹਨੂੰ ਕੁਝ ਨਾ ਕੁਝ ਦਵਾਈ ਦੇਣੀ ਨਫਸਿਆਤੀ ਤੌਰ 'ਤੇ ਜ਼ਰੂਰੀ ਹੈ, ਕਿਉਂਕਿ ਉਹਦੀ ਨਫਸਿਆਤ ਇਹ ਬਣੀ ਹੈ ਕਿ ਇਹ ਹਕੀਮ ਸਾਹਿਬ ਨੇ ਨਾ ਜਿਹੜੇ ਇਹਨਾਂ ਦੀ ਦਵਾਈ ਬੜੀ ਅਸਰ ਕਰਦੀ ਹੈ, ਉਹਨੂੰ ਹੁਣ ਅਸੀਂ ਭਾਵੇਂ ਸੁਆਹ ਵੀ ਦੇ ਦਈਏ ਨਾ, ਉਹ ਅਸਰ ਕਰ ਜਾਣੀ। ਬਿਲਕੁਲ ਉਹਦੀ ਨਫਸਿਆਤ ਬਣੀ। ਕਰ ਸਾਹਿਬ ਇੱਕ ਸਵਾਲ ਹੈ, ਸ਼ਾਇਦ ਤੁਹਾਡੇ ਮੋਜ਼ੂ ਤੋਂ ਹਟ ਕੇ ਹੋਏਗਾ। ਮੈਂ ਇੱਕ ਨਾ ਕਲਿੱਪ ਸੁਣਿਆ ਸੀ ਉਹਦਾ, ਉਹ ਕੀ ਨਾਂ ਹੈ ਉਹਦਾ, ਜੇਲਮੀ ਦਾ। ਉਹ ਕਹਿੰਦਾ ਹੈ ਕਿ ਜਿਹੜੇ ਸ਼ੀਆ ਲੋਕ ਨੇ ਇਹ ਅੱਗੇ ਮਸਾਂ ਕਿ ਪੱਥਰ ਰੱਖ ਕੇ ਅਤੇ ਉਹਦੇ ਉੱਤੇ ਸਿਰ ਕਰਦੇ ਨੇ, ਸਜਦਾ ਕਰਦੇ ਨੇ, ਅਤੇ ਅਗਰ ਤੁਸੀਂ ਮਸਾਂ ਕਿ ਚਟਾਈ ਦੇ ਉੱਤੇ ਜਾਂ ਕਲੀਨ ਦੇ ਉੱਤੇ ਕਰਦੇ ਹੋ ਤਾਂ ਉਹ ਸਹੀ ਮਹਿਨਿਆਂ ਦੇ ਮਹੀਨੇ ਦੇ ਵਿੱਚ ਉਹ ਸਜਦਾ ਨਹੀਂ ਸਹੀ ਹੁੰਦਾ। ਉਹ ਯਾਰ ਪਤਾ ਨਹੀਂ ਮੈਨੂੰ, ਉਹਨਾਂ ਮੇਰੀ ਉਹਦੇ ਤੇ ਰਿਸਰਚ ਨਹੀਂ ਹੈ ਕਿ ਉਹ ਸੁਣਿਆ ਹੈ, ਮੈਂ ਕੋਈ ਸੁਣਿਆ, ਕਿਉਂਕਿ ਸ਼ੀਆਂ ਨਾਲ ਮੇਰਾ ਮੌਜੂ ਹੀ ਨਹੀਂ, ਮੈਂ ਕਦੀ ਕੋਈ, ਪਹਿਲੇ ਮੇਰਾ ਮੌਜੂ ਸੀ, ਅੱਜ ਤੋਂ ਬੜੀ ਪੁਰਾਣੀ ਗੱਲ ਹੈ ਕਿ ਮੈਨੂੰ ਬੜਾ ਸ਼ੌਕ ਹੁੰਦਾ ਸੀ ਵਾਬੀ ਦਿਓਬੰਦੀ ਸ਼ੀਆਂ ਦੇ ਬਾਰੇ ਪੜ੍ਹਾਂ, ਕਿ ਇਹ ਕੀ ਇੰਨੇ ਇਹਨਾਂ ਦੇ ਅਕੀਦਾ ਨਜ਼ਰੀਆ, ਸਾਡਾ ਇਹਨਾਂ ਦਾ ਕੀ ਇਖਤਲਾਫ ਨੇ। ਉਹ ਕਦੀ ਹੁੰਦਾ ਸੀ ਕਿ ਉਦੋਂ ਚੀਜ਼ਾਂ ਮੈਨੂੰ ਯਾਦ ਸਨ, ਇਹ ਸ਼ੀਆਂ ਦਾ ਉਹ ਜਿਹੜਾ ਨਾ, ਉਹ ਜਿਹੜੀ ਅੱਗੇ ਪੱਥਰ ਰੱਖ ਕੇ, ਉਹ ਪਤਾ ਨਹੀਂ ਇਹਨਾਂ ਦਾ ਕੀ ਫਲਸਫਾ ਹੈ, ਅੱਲਾ ਹੀ ਜਾਣਦਾ, ਮੈਨੂੰ ਉਹਦੀ ਅੱਜ ਤੱਕ ਨਹੀਂ ਸਮਝ ਆਈ। ਤੋ ਪਤਾ ਸੁਣਿਆ ਹੈ ਕਿ ਕੋਈ ਖਾਕੇ, ਉਹ ਕਹਿੰਦਾ ਨਹੀਂ, ਮੈਂ ਸੁਣਿਆ ਕਿ ਉਹ ਕਰਬਲਾ ਹੁੰਦੀ ਹੈ, ਮੈਂ ਸੁਣਿਆ ਕਿ ਉਹ ਕਹਿੰਦਾ ਹੈ ਕਿ ਬੇਸਿਕ ਜਿਹੜਾ ਸਜਦਾ ਹੈ ਨਾ, ਉਹ ਜ਼ਮੀਨ ਦੇ ਉੱਤੇ ਜਾਂ ਮਿੱਟੀ ਦੇ ਉੱਤੇ ਹੋਣਾ ਚਾਹੀਦਾ, ਮਤਲਬ ਡਾਇਰੈਕਟ ਜਿਹੜਾ ਤੁਹਾਡਾ ਜਿਹੜਾ ਮੱਥਾ ਉਹ ਜ਼ਮੀਨ ਦੇ ਨਾਲ ਅਟੈਚ ਹੋਣਾ ਚਾਹੀਦਾ ਜਾਂ ਮਿੱਟੀ ਨਾਲ ਅਟੈਚ ਹੋਣਾ। ਦੇਖੋ ਬਾਤ ਹੈ ਵੇ ਕਿ ਸਾਡਾ ਦੀਨ ਇਸਲਾਮ ਜਿਹੜਾ ਨਾ, ਸਿੱਧਾ ਸਾਦਾ ਜੇ, ਇਹਦੇ 'ਚ ਕੋਈ ਗੁੰਝਲ ਨਹੀਂ, ਕੋਈ ਕੁਝ ਨਹੀਂ ਹੈ, ਸਹੀ ਹੈ, ਫਿਤਰਤ ਦੇ ਤਕਾਜ਼ਿਆਂ ਦੇ ਮੁਤਾਬਕ ਹੈ ਸਾਡਾ ਦੀਨ। ਦੀਨ ਇਸਲਾਮ ਫਿਤਰਤ ਦੇ ਅਤੇ ਫਿਤਰਤ ਦੇ ਤਕਾਜ਼ਿਆਂ ਦੇ ਮੁਤਾਬਕ ਹੈ, ਠੀਕ ਹੈ ਜੀ।
ਅਤੇ ਜਿਹੜੀਆਂ ਗੈਰ ਫਿਤਰਤੀ ਚੀਜ਼ਾਂ ਹੁੰਦੀਆਂ ਨੇ ਨਾ ਉਹ ਸਮਝ ਨਹੀਂ ਆਉਂਦੀਆਂ। ਇੱਕ ਫਾਰ ਐਗਜ਼ਾਮਪਲ ਦੇਖੋ, ਜਿਹੜੀ ਸੁਣੀ ਨਾ ਗੱਲ ਉਹਦੇ ਮਤਲਬ ਉਸ ਗੱਲ ਦੇ ਕਹਿਣ ਦੇ ਮੁਤਾਬਕ ਮੈਂ ਅਰਜ਼ ਕਰ ਅਗਰ ਮੈਂ ਅਰਜ਼ ਤੁਸੀਂ ਉਹਨੇ ਵੇਖੋ ਇੱਕ ਗੈਰ ਫਿਤਰਤੀ ਜੀ ਚੀਜ਼ ਹੈ ਕਿ ਪਿਟਣਾ, ਅੱਗ ਦੇ ਉੱਤੇ ਟੁਰਨਾ, ਬਿਲਕੁਲ ਐਵੇਂ ਆਪਣੇ ਆਪ ਨੂੰ ਖੂਨ ਵਹਾਉਣਾ, ਛੁਰੀਆਂ ਮਾਰਨੀਆਂ, ਚਾਕੂ ਆਪੇ ਹੀ ਮਾਰੀ ਜਾਣਾ, ਤੁਸੀਂ ਦੱਸੋ ਇਹ ਐਸਾ ਗੈਰ ਫਿਤਰਤੀ ਫੇਲ ਹੈ ਕਿ ਕਿਸੇ ਗੈਰ ਮੁਸਲਿਮ ਨੂੰ ਤੁਸੀਂ ਮੁਸਲਿਮ ਕਰਨਾ ਚਾਹੁੰਦੇ ਹੋ? ਇਹ ਚੀਜ਼ਾਂ ਵੇਖ ਕੇ ਕਦੀ ਉਹ ਮੁਸਲਿਮ ਹੋਏਗਾ? ਮੈਂ ਅੱਜ ਤੱਕ ਨਹੀਂ ਜੇ ਸੁਣਿਆ ਕਿ ਕੋਈ ਬੰਦਾ ਗੈਰ ਮੁਸਲਿਮ ਸੀ ਉਹ ਇਹ ਅੱਗ ਦਾ ਮਾਤਮ ਵੇਖ ਕੇ ਅਤੇ ਲੋਕਾਂ ਨੂੰ ਛੁਰੀਆਂ ਆਪਣੇ ਆਪ ਨੂੰ ਮਾਰਦਿਆਂ ਵੇਖ ਕੇ ਅਤੇ ਪਿੱਟਣਾ ਵੇਖ ਕੇ ਕੋਈ ਮੁਸਲਮਾਨ ਹੋਇਆ ਹੋਏ। ਉਹ ਕਹੇਗਾ ਯਾਰ ਮੈਂ ਇੱਥੇ ਹੀ ਸਹੀ ਹਾਂ, ਮੈਂ ਜਿਹੜੀ ਬੁੱਤਾਂ ਦੀ ਪੂਜਾ ਕਰਨਾ ਨਾ ਇਹ ਤਾਂ ਬਿਹਤਰ ਹੈ ਕੰਮ ਪਾਈਏ ਅਤੇ ਜਾ ਕੇ ਮੈਂ ਉਹ ਨਮਸਕਾਰ ਹੈ ਉਹ ਜਿਹੜਾ ਕਹਿ ਲੈਂਦਾ ਨਾ ਉਹ ਬਸ ਸਹੀ ਹੈ। ਮੈਨੂੰ ਹੈ ਭਾਈ ਜੀ ਉਹ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਸਿਰ ਹਲਕ ਕਰਕੇ ਚੀਰੇ ਦੇ ਰਹੇ, ਉਹਨੇ ਕਹਿਣਾ ਯਾਰ ਮੈਂ ਭਾਈ ਬਿਹਤਰ ਇੱਥੇ ਸਹੀ ਹਾਂ। ਬਿਲਕੁਲ ਇਹ ਲਹੂ ਲੁਹਾਨ ਮੈਨੂੰ ਹੋਣ ਦੀ ਕੋਈ ਲੋੜ ਮਾਜ਼ਰਤ ਨਾ, ਮੈਂ ਤੁਹਾਡੀ ਗੱਲ ਕੱਟਣਾ ਪਿਆ। ਮੈਂ ਨਾ ਮੈਂ ਬੇਸਿਕਲੀ ਸਾਊਦੀਆ ਦੇ ਵਿੱਚ ਬੈਠਾ ਨਾ, ਅਤੇ ਉਹਦੀ ਵਜ੍ਹਾ ਤੋਂ ਨਾ ਕੁਛ ਲੋਕ ਹਿੰਦੂ ਵੀ ਸਾਡੇ ਕੋਲ ਨੰਬਰਾਂ ਦੇ ਵਿੱਚ ਐਡ ਹੁੰਦੇ ਨੇ, ਕੁਛ ਈਸਾਈ ਨੇ, ਸਿੱਖ ਨੇ, ਉਹਦੇ ਵਿੱਚ ਨਾ ਉਹਦੀ ਵਜ੍ਹਾ ਤੋਂ ਨਾ ਜਿਹੜੇ ਹਿੰਦੂ ਵਗੈਰਾ ਸਾਡੇ ਨੰਬਰਾਂ 'ਚ ਐਡ ਹੁੰਦੇ ਨਾ ਉਹਨਾਂ ਦੀ ਵਜ੍ਹਾ ਤੋਂ ਨਾ ਸਾਡੇ ਫੇਸਬੁੱਕ ਦੇ ਉੱਤੇ ਨਾ ਕੁਛ ਪੇਜ ਆਉਂਦੇ ਨੇ ਹਿੰਦੂਆਂ ਦੇ। ਯਕੀਨ ਕਰੋ ਮੈਂ ਹਿੰਦੂਆਂ ਨੂੰ ਬਜ਼ਾਤੇ ਖੁਦ ਦੇਖਿਆ, ਅੱਗ ਦੇ ਉੱਤੇ ਵੀ ਉਹ ਦੌੜਦੇ ਨੇ, ਜ਼ੰਜੀਰ ਵੀ ਮਾਰਦੇ ਨੇ ਆਪਣੇ ਆਪ ਨੂੰ, ਫਿਰ ਉਹ ਕਈ ਕਈ ਦਿਨ ਉਹ ਨਹਾਉਂਦੇ ਨੇ, ਉਹ ਵਾਲਾਂ ਨੂੰ ਪਤਾ ਨਹੀਂ ਕੀ ਕਰ ਲੈਂਦੇ ਨੇ, ਸੇਮ ਸੇਮ ਜਿਹੜੀਆਂ ਸ਼ੀਆਂ ਦੇ ਵਿੱਚ ਵੀ ਉਹ ਸੋਰੀ ਹਿੰਦੂਆਂ ਦੇ ਵਿੱਚ ਵੀ ਕੁਝ ਅਕਸਾਮ ਐਸੀਆਂ ਆਏ ਨੇ। ਇਹ ਮੈਂ ਗਿਆ ਸਾ ਜੇ ਥਰ ਪਾਰਕਰ, ਬੜੀ ਪੁਰਾਣੀ ਗੱਲ ਹੈ, ਪਾਕਿਸਤਾਨ ਸਿੰਧ ਦੇ ਵਿੱਚ ਇਲਾਕਾ ਹੈ, ਤੁਹਾਡਾ ਪਾਕਿਸਤਾਨ ਦਾ ਸਭ ਤੋਂ ਵੱਡਾ ਇਲਾਕਾ ਹੈ ਥਰ ਪਾਰਕਰ, ਕਿ ਜਿੱਥੇ ਹਿੰਦੂ ਸਭ ਤੋਂ ਜ਼ਿਆਦਾ ਨੇ। ਤੁਸੀਂ ਥਰ ਪਾਰਕਰ ਟੁਰ ਜਾਓ ਅਤੇ ਇੰਝ ਲੱਗੇਗਾ ਤੁਸੀਂ ਹਿੰਦੁਸਤਾਨ ਆ ਗਏ ਹੋ, ਇੰਡੀਆ 'ਚ ਆ ਗਏ ਹੋ। ਇੰਝ ਮੰਦਰ ਬਣੇ ਨੇ, ਵੱਡੇ ਵੱਡੇ ਬਾਜ਼ਾਰ ਨੇ ਹਿੰਦੂਆਂ ਦੇ, ਔਰ ਹਰ ਤਰਫ ਇੰਝ ਹਿੰਦੂ ਹੀ ਹਿੰਦੂ ਹਿੰਦੂ ਹੀ ਹਿੰਦੂ। ਅਤੇ ਉੱਥੇ ਮੈਂ ਵੇਖਿਆ ਕਿ ਹਿੰਦੂ ਉਹ ਸਾੜਦੇ ਨਹੀਂ ਆਪਣੇ ਮੁਰਦਿਆਂ ਨੂੰ, ਉੱਥੇ ਕਬਰਾਂ ਬਣਾਉਂਦੇ ਨੇ। ਹਿੰਦੂਆਂ ਦੀਆਂ ਮੁਖਤਲਿਫ ਅਕਸਾਮ ਨੇ, ਕੁਝ ਮੁਰਦਿਆਂ ਨੂੰ ਦਫਨਾਉਂਦੇ ਨੇ, ਕੁਝ ਮੁਰਦਿਆਂ ਨੂੰ ਨਹੀਂ ਦਫਨਾਉਂਦੇ। ਇੰਝੀ ਕੁਝ ਚੀਜ਼ਾਂ ਹਿੰਦੂਆਂ ਨੇ ਮੁਸਲਮਾਨਾਂ ਕੋਲੋਂ ਲਈਆਂ ਨੇ। ਹਾਂ ਉਹ ਮੁਸਲਮਾਨਾਂ ਦੀਆਂ ਕਈ ਚੀਜ਼ਾਂ ਇਸ ਗੱਲ 'ਚ ਕੀ ਸੱਚਾਈ ਹੈ ਕਿ ਮਤਲਬ ਕਿ ਅਗਰ ਹਿੰਦੂ ਲੋਕ ਹੈ ਸਾੜਨ ਨਾ, ਤਾਂ ਫਿਰ ਮਤਲਬ ਕਿ ਕਹਿੰਦੇ ਨੇ ਕਿ ਜੀ ਉਹਨਾਂ ਦੇ ਰੂਹਾਂ ਜਾਂ ਉਹਨਾਂ ਦੇ ਹਿੰਦੂਆਂ ਦੀਆਂ ਬੜੀਆਂ ਸਾਹਮਣੇ ਹਿੰਦੂਆਂ ਦੀ ਕੋਈ ਇੱਕ ਕਿਸਮ ਨਹੀਂ, ਨਹੀਂ ਜਿਵੇਂ ਕਿ ਅਗਰ ਉਹ ਹਿੰਦੂ ਸਾੜਨ ਨਾ ਤਾਂ ਜੰਨਤ ਬਣ ਜਾਂਦੇ ਨੇ। ਉਹ ਨਹੀਂ 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 ਮੈਂ ਉਹੀ ਅਰਜ਼ ਕਰ ਰਿਹਾ ਨਾ ਜੀ, ਮੈਂ ਅਰਜ਼ ਕਰ ਰਿਹਾ ਜਿਵੇਂ ਤੁਹਾਡੇ ਇਸਲਾਮ ਦੇ ਵਿੱਚ ਕਈ ਗਰੋਹ ਬਣ ਗਏ, ਕਈ ਨਜ਼ਰੀਆਤ ਬਣ ਗਏ ਨੇ, ਇੰਝ ਹੀ ਦੁਨੀਆਂ ਦੇ ਹਰ ਮਜ਼ਹਬ ਚੇਂਜ ਹੁੰਦਾ, ਹਰ ਦੀਨ ਚੇਂਜ ਹੁੰਦਾ, ਮੁਖਤਲਿਫ ਉਹਦੇ 'ਚ ਫਿਰ ਅੱਗੋਂ ਕੈਟਾਗਰੀਜ਼ ਹੋ ਜਾਂਦੀਆਂ ਨੇ, ਗਰੋਹ ਦਰ ਗਰੋਹ ਬਣ ਜਾਂਦੇ ਨੇ। ਦੇਖੋ ਸ਼ੀਆਂ ਦੇ ਵਿੱਚ ਤਕਰੀਬਨ 250 ਤੋਂ ਜ਼ਿਆਦਾ ਫਿਰਕੇ ਨੇ। ਇੱਕ ਕਿਤਾਬ ਹੈ, ਇੰਨੀ ਮੋਟੀ ਕਿਤਾਬ ਹੈ, ਉਹਦਾ ਨਾਂ ਹੈ ਮਜ਼ਾਹਬੇ ਇਸਲਾਮ, ਮਜ਼ਾਹਬੇ ਇਸਲਾਮ, ਇੰਨੀ ਮੋਟੀ। ਉਸ ਰਾਈਟਰ ਨੇ ਤਕਰੀਬਨ 250 ਤੋਂ ਜ਼ਿਆਦਾ ਸ਼ੀਆਂ ਦੀਆਂ ਅਕਸਾਮ ਦੱਸੀਆਂ ਨੇ, ਅਤੇ ਮੁਖਤਲਿਫ ਉਹਨਾਂ ਦੇ ਨਜ਼ਰੀਆਤ ਨੇ। ਇੰਝ ਤੁਸੀਂ ਹਿੰਦੂਆਂ ਦੀ ਗੱਲ ਕਰ ਰਹੇ ਹੋ ਨਾ, ਹਿੰਦੂਆਂ ਦੀ ਭਾਈ ਜੀ ਬੇਭਾਗ ਸਾਹਮਣੇ, ਤੁਸੀਂ ਆਪ ਹੀ ਅੰਦਾਜ਼ਾ ਕਰ ਲਓ ਕਿ ਕੋਈ 1 ਕਰੋੜ ਦੇ ਕਰੀਬ ਬੁੱਤ ਪਿਆ ਹੋਵੇ ਇੰਡੀਆ ਦੇ ਵਿੱਚ, ਉਹਨਾਂ ਹਰ ਬੁੱਤ ਦਾ ਨਾਮ ਲੱਗ ਗਏ ਅਤੇ ਉਹਦੀ ਖਾਸੀਅਤ ਲੱਗ ਗਏ। ਹਾਂ ਨਹੀਂ ਨਹੀਂ ਹਰ ਇੱਕ ਦਾ ਨਾਮ ਅਲੱਗ, ਹਰ ਇੱਕ ਦੀ ਖਾਸੀਅਤ ਅਲੱਗ, ਇਹ ਕੰਮ ਕਰਦਾ। ਹਾਂਜੀ ਸਮਝੇ ਕਿ ਨਹੀਂ? ਤੇ ਫਿਰ ਮੰਤਰ ਵੀ ਲੈ ਇਹ ਬੱਚੇ, ਇਹ ਬੱਚੇ ਦੇ ਨਾਲ ਹੈ, ਤੇ ਇਹ ਦੁੱਧ ਅਗਰ ਨਹੀਂ ਆ ਰਿਹਾ ਜਨਾਨੀ ਦੀ ਛਾਤੀ ਚੋਂ, ਤੇ ਇਹ ਛਾਤੀ ਚ ਦੁੱਧ ਪੈਦਾ ਕਰਨ ਵਾਲਾ ਬੁੱਤ ਵੇ, ਸਮਝੇ ਕਿ ਨਹੀਂ? ਤੇ ਇਹ ਰੋਟੀ ਹਜ਼ਮ ਕਰਨ ਵਾਲਾ ਬੁੱਤ ਵੇ, ਫੱਕੀ ਦੇ ਤੌਰ ਤੇ ਇਸਤੇਮਾਲ ਹੁੰਦਾ। ਤੇ ਇਹ ਜਨਾਬ ਡਕਾਰ ਨਹੀਂ ਆ ਰਿਹਾ, ਡਕਾਰ ਫਸ ਗਿਆ, ਉਹਨੂੰ ਡਕਾਰ ਨੂੰ ਕੱਢਣ ਵਾਲਾ ਬੁੱਤ ਵੇ, ਇੰਝ ਦਾ ਰੌਲਾ ਜੇ। ਤੇ ਏਡਾ ਵੀ ਬੁੱਤ ਹੁੰਦਾ ਤੇ ਏਡਾ ਵੀ ਹੁੰਦਾ, ਤੇ ਕੋਈ ਇੱਕ ਫੋਟੋ ਵੀ ਤੇ 2 ਫੁੱਟਾ ਬੁੱਤ ਤੇ
ਐ ਦਸ ਥੱਲੇ ਗੱਲਾਂ ਬੰਦੇ ਨੂੰ ਬੋਲੋ ਬੁਲਾ, ਇਹਨੂੰ ਥੱਲੇ ਬੰਦੇ ਨੂੰ ਮਿਊਟ ਕਰਿਓ। ਇਹ ਕਿਹਨੂੰ ਜੀ? ਬਕਵਾਸ ਕਰਦਾ ਪਿਆ, ਇਹ ਬਕਵਾਸ ਕਰਦਾ ਪਿਆ ਹਜ਼ਰਤ ਉਮਰ ਹਜ਼ਰਤ ਮਾਇਸ਼ਾ ਦੇ ਖਿਲਾਫ, ਅਨੋਮ ਇਹ ਮਸੂਮ ਅੱਛਾ ਮਾਸੂਮ ਇਹਨੂੰ ਬਕਵਾਸ ਕਰਦਾ ਪਿਆ, ਫਜ਼ੂਲ ਇਹਦੇ ਨਾਲ ਕੋਈ ਗੱਲ ਬੁਲਾ, ਨਹੀਂ ਕਰਦਾ ਪਿਆ। ਠੀਕ ਹੈ ਠੀਕ, ਛੱਡੋ ਦਫਾ ਕਰ, ਬਲਾਕ ਕਰ। ਅੱਛਾ ਬਲਾਕ ਕਰਨਾ ਨਾ, ਹਾਂਜੀ ਬਲਾਕ ਕਰ ਦਿਓ, ਮਿਊਟ ਕਰ ਦਿਓ, ਬਕਵਾਸ ਕਰਦਾ ਪਿਆ ਸਾਹਿਬ ਅੱਜ ਬਲਾਕ ਕਰ ਬਾਅਦ ਚ। ਦਿੱਤਾ, ਬਲਾਕ ਕਰ ਦਿੱਤਾ, ਚਲੋ ਚੰਗਾ ਹੋ ਗਿਆ। ਅਤੇ ਬਹਰਹਾਲ ਇਹ ਵੇ ਕਿ ਮੁਖਤਲਿਫ ਅਕਾਇਦ ਨੇ, ਨਜ਼ਰੀਆਤ ਨੇ, ਅਲ ਅਮਾਨ ਵਲ ਹਫੀਜ਼, ਅਜੀਬੋ ਗਰੀਬ ਲੋਕਾਂ ਦੇ ਮਾਮਲਾਤ ਨੇ। ਔਰ ਜਿਹਨੂੰ ਗੱਲ ਕੋਈ ਕਰੀਏ ਨਾ ਰਾਣਾ ਸਾਹਿਬ, ਉਹਦੇ 'ਚ ਸਬਰ ਨਹੀਂ, ਉਹਦੇ 'ਚ ਉਹ ਹੈ ਨਹੀਂ, ਉਹ ਗਾਲਾਂ ਦੇ ਉੱਤਰ ਬਿਲਕੁਲ ਆਉਂਦਾ ਹੈ, ਉਹ ਗਾਲਾਂ ਦੇ ਉੱਤਰ ਆਉਂਦਾ ਹੈ। ਇਹ ਵੇਖੋ ਨਾ ਹੁਣੇ ਇਹ ਹੁਣ ਹਾਂਜੀ ਇਹ ਜਿਹਦੀ ਤੁਸੀਂ ਤਸਵੀਰ ਲਾਈਏ ਨਾ ਇਮਰਾਨ ਖਾਨ ਦੀ, ਮੇਰੇ ਉਹਦੇ ਨਾਲ ਲੱਖ ਇਖਤਲਾਫ ਹੈ। ਮੈਂ ਬੰਦਾ ਇਹਨੂੰ ਸਹੀ ਨਹੀਂ ਮੰਨਦਾ, ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਹੁਣ ਇੱਕ ਬੰਦੇ ਨੇ ਤਸਵੀਰ ਲਾ ਲਈਏ ਜਾਂ ਉਹਦਾ ਇੱਕ ਬੰਦੇ ਦਾ ਮੋਹ ਧੱਕੇ ਦੇ ਅਤੇ ਮੈਂ ਉਹਨੂੰ ਮਤਲਬ 40 ਕਿਲੋ ਸ਼ੁਰੂ ਕਰ ਦਿੱਤੀ। ਮੈਂ ਮਤਲਬ ਮੇਰੇ ਬੜੇ ਦੋਸਤ ਨੇ ਜਿਹੜੇ ਪੀ ਟੀ ਆਈ ਦੇ ਨੇ, ਬੜੇ ਦੋਸਤ ਨੇ ਜਿਹੜੇ ਨੂਨ ਲੀਗ ਦੇ ਨੇ, ਬੜੇ ਦੋਸਤ ਨੇ ਜਿਹੜੇ ਪੀਪਲ ਪਾਰਟੀ ਦੇ ਨੇ। ਸਾਹਿਬ ਮੈਂ ਤਾਂ ਉਹ ਇਹ ਸਿਆਸੀ ਮਾਮਲਾ ਨੇ, ਇਹਨਾਂ ਨੂੰ ਮੈਂ ਤਾਂ ਕੁਝ ਸਮਝਦਾ ਨਹੀਂ ਮੇਰੇ ਨਜ਼ਦੀਕ ਤੇ। ਮੈਂ ਨਾ ਅਸੀਂ ਬਜ਼ਾਤੇ ਖੁਦ ਵੀ ਬਰੇਲਵੀ ਮਸਲਕ ਦੇ ਹਾਂ, ਅਤੇ ਬਾਬਾ ਖਾਦਮ ਹੁਸੈਨ ਰਿਜ਼ਵੀ ਔਰ ਬੇਟਾ ਜਾਂ ਉਹਦੀ ਜਮਾਤ ਮੈਨੂੰ ਜ਼ਾਤੀ ਤੌਰ ਦੇ ਉੱਤੇ ਬਿਲਕੁਲ ਕਿਸੇ ਕਿਸਮ ਦਾ ਉਹਨਾਂ ਨਾਲ ਕੋਈ ਇਖਤਲਾਫ ਨਹੀਂ, ਅੱਛਾ ਕਿਸੇ ਕਿਸਮ ਦਾ ਕੋਈ ਇਖਤਲਾਫ ਨਹੀਂ। ਉਹ ਚਾਹੇ ਕਰਪਸ਼ਨ 'ਚ, ਚਾਹੇ ਉਹ ਮਜ਼ਹਬ 'ਚ, ਚਾਹੇ ਉਹ ਮਤਲਬ ਸਿਆਸਤ 'ਚ, ਕਿਸੇ ਕਿਸਮ ਦਾ ਕੋਈ ਇਖਤਲਾਫ ਨਹੀਂ। ਲੇਕਿਨ ਕਈ ਦਫ਼ਾ ਦੇ ਉੱਤੇ ਲਾਈਵ ਦੇ ਉੱਤੇ ਬੈਠੇ ਹੁੰਦੇ ਹਾਂ ਆ ਕੇ, ਅਤੇ ਉਹ ਇਸ ਤਰ੍ਹਾਂ ਦੀ ਮਤਲਬ ਉਹ ਸ਼ੁਰੂ ਕਰ ਦਿੰਦੇ ਨੇ, ਗੁਫ਼ਤਗੂ ਸ਼ੁਰੂ ਕਰ ਦਿੰਦੇ ਨੇ ਕਿ ਯਕੀਨ ਕਰੋ ਕਿ ਬੜਾ ਬੰਦਾ ਬਰਦਾਸ਼ਤ ਕਰਦਾ, ਬੜਾ ਕਰਦਾ, ਫਿਰ ਐਂਡ ਦੇ ਉੱਤੇ ਆ ਕੇ ਫਿਰ ਮਜਬੂਰਨ ਜਿਹੜਾ ਨਾ, ਫਿਰ ਬੰਦਾ ਕੀ ਹੁੰਦਾ, ਫਿਰ ਉਹਨਾਂ ਦੇ ਜਿਹੜੇ ਮਸਾਂ ਕਿ ਬਾਬੇ ਖਾਦਮ ਹੁਸੈਨ ਨੂੰ ਦੂਜਿਆਂ ਤੀਸਰਿਆਂ ਮੌਲਵੀਆਂ ਨੂੰ ਗਾਲਾਂ ਕੱਢਣਾ ਸ਼ੁਰੂ ਕਰ ਦਿੰਦਾ। ਨਹੀਂ ਲੇਕਿਨ ਇਹਨਾਂ ਮੇਰੀ ਪਤਾ ਕੀ ਹੈ, ਰਾਏ ਹੈ ਸਾਡੇ ਮੁਸਲਮਾਨਾਂ ਦੇ ਵਿੱਚ ਕੰਮ ਇਲਮੀ ਹੈ, ਜਜ਼ਬਾਤਿਆਤ ਨੇ ਬਸ। ਦੇਖੋ ਆਪਣਾ ਦੀਨ ਆਪਣੀ ਕਬਰ ਭਾਰੀ ਕਰਨਗੇ ਅਲਾਮਾ ਖਾਦਮ ਹੁਸੈਨ ਰਿਜ਼ਵੀ, ਅਤੇ ਅੱਜ ਸਿਆਸਤ ਕੀਤੇ, ਚਲੋ ਅੱਜ ਆਏ ਨੇ ਬਈ, ਸਿਆਸਤ ਕੋਈ ਐਸੀ ਚੀਜ਼ ਤਾਂ ਨਹੀਂ ਕਿ ਬਈ ਉਹ ਜਿਹੜਾ ਮੌਲਵੀ ਹਰ ਬੰਦੇ ਦਾ ਰਾਈਟ, ਕੋਈ ਕੋਈ ਹਰ ਬੰਦੇ ਦਾ ਸਿਆਸਤ 'ਚ ਰਾਈਟ। ਆ ਜਾਏ ਅਤੇ ਤੁਸੀਂ ਉਹਨੂੰ ਮਲਾਮਤ ਕਰਨੀ ਸ਼ੁਰੂ ਕਰੋ, ਅੱਲਾ ਮਾਫ਼ ਕਰਿਓ, ਅੱਲਾ ਦੇ ਵਲੀ ਨੇ ਯਾਰ, ਅਤੇ ਕੋਈ ਬੰਦਾ ਅਗਰ ਉਹਨਾਂ ਦੇ ਉੱਤੇ ਕਰੇਗਾ ਤਾਂ ਉਹਦੀ ਆਪਣੀ ਬਰਬਾਦੀ ਹੋਏਗੀ ਨਾ ਜੀ। ਨਹੀਂ ਉਹ ਗਾਲੀ ਗਲੋਚ ਸ਼ੁਰੂ ਕਰ ਦਿੰਦੇ ਨਾ ਬੜਾ ਡਾਇਰੈਕਟ, ਕੁਝ ਫਿਰ ਕਰਦੇ ਉਹ ਨੇ ਜੀ, ਅਸੀਂ ਫਿਰ ਬੜਾ ਕੁਝ ਇੱਕ ਸੁਣਿਆ ਅਤੇ ਵੇਖਿਆ। ਇੱਕ ਫੇਸਬੁੱਕ ਇਹਦੇ ਉੱਤੇ ਹੀ ਮੈਂ ਦੇਖਿਆ, ਟਿਕਟਾਕ ਦੇ ਉੱਤੇ ਇੱਕ TLP ਦਾ ਹੀ ਇੱਕ ਬੰਦਾ, ਅਤੇ ਉਹ ਹਰ ਟਾਈਮ ਮਤਲਬ ਸਮਝ ਲਓ ਕਿ ਤਬਲੀਗ ਵੀ ਕਰਦਾ ਔਰ ਆਪਣੇ ਪਾਰਟੀ ਦੇ ਵਿੱਚ ਲੋਕਾਂ ਨੂੰ ਇਨਵਾਈਟ ਵੀ ਕਰਦਾ। ਇੱਕ ਦਿਨ ਉਹਨੇ ਇਮਰਾਨ ਖਾਨ ਜਿੱਦਾਂ ਰਿਹਾ ਹੋਇਆ ਨਾ, ਅਤੇ ਉਹਨੇ ਕਿਹਾ ਕਿ ਮੈਂ ਮੁਬਾਰਕ ਦੇਣਾ ਇਮਰਾਨ ਖਾਨ ਨੂੰ ਕਿ ਇਮਰਾਨ ਖਾਨ ਜਿਹੜਾ ਨਾ ਰਿਹਾ ਹੋ ਗਿਆ। ਔਰ ਯਕੀਨ ਕਰੋ ਕੋਈ ਉਹਨੂੰ ਕੋਈ 250 ਬੰਦਾ ਥੱਲੇ ਗਾਲਾਂ ਕੱਢਣ ਵਾਲਾ ਸੀ, ਉਹਨਾਂ ਇਹ ਨਹੀਂ ਦੇਖਿਆ ਕਿ ਇਹਦੀ ਕਿੰਨੀ ਮਿਹਨਤ ਹੈ, ਕਿੰਨੀ ਮੁਸ਼ੱਕਤ ਹੈ, ਕਿੰਨੀ ਦੇਰ ਤੋਂ ਇਹ ਲੱਗਾ ਰਿਹਾ ਪਾਰਟੀ ਦੇ ਵਿੱਚ, ਸਿਰਫ ਗਾਲਾਂ ਇਸ ਚੀਜ਼ ਤੋਂ ਕੱਢਣੀਆਂ। ਔਰ ਵੱਡੀ ਗੱਲ, ਉਹਨੂੰ ਕਹਿੰਦੇ ਨੇ ਤੂੰ ਮੁਸਲਮਾਨ ਹੀ ਨਹੀਂ, ਤੂੰ ਮਰਦਈ ਹੈ। ਉਹ ਕਹਿੰਦੇ ਯਾਰ ਮੇਰੀ ਜਿਹੜੀ ਇੰਨੀ ਮਿਹਨਤ ਹੈ, ਤੁਸੀਂ ਸਿਰਫ ਇੱਕ ਅਲਫਾਜ਼ ਦੇ ਉੱਤੇ ਤੁਸੀਂ ਮੇਰੀ ਸਾਰੀ ਮਿਹਨਤ ਜ਼ਾਇਆ ਕਰ ਦਿੱਤੀ। ਬਸ ਇੰਜੀ ਹੈ ਨਾ ਜੀ, ਉਹ ਛੱਡੋ ਸਿਆਸਤ ਨੂੰ ਛੱਡੋ ਜੀ, ਬਾਬਾ ਜੀ ਹਰ ਰੋਲੇ ਨੇ, ਬੜੇ ਰੋਲੇ ਨੇ, ਬੜੇ ਰੋਲੇ ਨੇ। ਇੱਥੇ ਤਾਂ ਮਜ਼ਹਬੀ ਮਾਮਲੇ ਪੂਰੇ ਨਹੀਂ ਹੁੰਦੇ ਪਏ ਅਤੇ ਅਸੀਂ ਸਿਆਸੀ ਗੱਲਾਂ ਕਰੀਏ। ਹਾਂਜੀ ਮੈਂ ਨਾ ਇੱਥੇ ਟਿਕਟਾਕ 'ਤੇ ਰਹਿੰਦਾ ਜੇ ਸਕਰੋਲਿੰਗ ਕਰਦਾ ਰਹਿੰਦਾ ਰਾਣਾ ਸਾਹਿਬ, ਅਤੇ ਬੜੀਆਂ ਸਿਆਸੀ ਵੀ ਹੁੰਦੀਆਂ ਨੇ ਗੁਫ਼ਤਗੂਆਂ, ਅਤੇ ਮੈਂ ਅੱਜ ਤੱਕ ਐਂਟਰ ਨਹੀਂ ਹੋਇਆ, ਨਾਲ ਮੇਰੀ ਆਦਤ ਹੀ ਨਹੀਂ ਨਾ, ਮੇਰੀ ਆਦਤ ਹੀ ਨਹੀਂ, ਅਤੇ ਬਸ ਪਰ ਹਾਂ ਸੁਣ ਬਹੁਤ ਛੱਡੀ ਦੀ ਹੈ ਖੁਸ਼ੀ ਹਰ ਇੱਕ ਹੋਈ ਹੈ ਦੀ। ਤੁਸੀਂ ਸਾਨੂੰ ਕਾਲ 'ਤੇ ਲਿਆ, ਯਕੀਨ ਕਰੋ ਮੈਂ ਤੁਹਾਡਾ ਯੂਟਿਊਬ ਦੇ ਉੱਤੇ ਵੀ ਬੜੀਆਂ ਵੀਡੀਓ ਵੇਖਦਾ ਰਿਹਾ, ਸਲਾਮਤੀਆਂ ਲਾਈਵ ਉੱਥੇ ਵੀ ਵੇਖਦਾ ਰਿਹਾ ਮਨਾਜ਼ਰੇ। ਲੇਕਿਨ ਇਹ ਵੇਖਿਓ ਥੋੜ੍ਹਾ ਪਲੇਟਫਾਰਮ ਥੋੜ੍ਹਾ ਵੱਡਾ ਸੀ, ਅਤੇ ਉਹਦੇ ਉੱਤੇ ਤੁਸੀਂ ਪੁਰਾਣੇ ਹੁਣਾਂ ਲਈ ਤੋਂ ਤੁਹਾਡੇ ਨਾਲ ਗੱਲ ਨਹੀਂ ਹੋ ਸਕੀ, ਅਤੇ ਇਹਦੇ ਉੱਤੇ ਚਲੋ ਹਜੇ ਤੁਸੀਂ ਨਵੇਂ ਨਵੇਂ ਹੋ ਤਾਂ ਇਹਦੀ ਵਜ੍ਹਾ ਤੋਂ ਸਾਡੀ ਤੁਹਾਡੀ ਗੱਲ ਨਹੀਂ, ਇੱਥੇ ਵੀ ਫਿਰ ਚੱਲੇਗਾ ਨਾ ਜੀ। ਬਹੁਤ ਮਿਹਰਬਾਨੀ, ਬੜੀ ਬਾਕੀ ਤੁਸੀਂ ਅਗਰ ਕਿਸੇ ਨੂੰ ਕਾਲ 'ਤੇ ਲੈਣਾ ਤਾਂ ਹਾਂਜੀ ਹਾਂਜੀ, ਉਹ ਆਪੇ ਕੋਈ ਕਰ ਲੈਣਗੇ ਤਾਂ ਕਰ ਲੈਂਗੇ। ਓਕੇ ਜਨਾਬ, ਬਹੁਤ ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼। ਕਹਿ ਰਹੇ ਹਾਂ ਜੀ ਸ਼ਾਹ ਜੀ, ਦਫਾ ਕਰੇ ਇਨ ਬਾਤੋਂ ਕੋ, ਕਿਹੜੀਆਂ ਗੱਲਾਂ ਨੂੰ ਦਫਾ ਕਰਦੇ ਹਾਂ, ਮੈਂ ਕਰ ਛੜਿਆ ਜੀ ਦਫਾ। ਚਲੋ ਫਿਰ ਆ ਜਾਓ, ਫਿਰ ਕਮ ਟੂ ਦੀ ਪੁਆਇੰਟ, ਲਾਨਤ ਪਾੜ ਦਿਓ ਮਿਰਜ਼ਾ ਸੀਨੀਅਰ ਅਤੇ ਮਿਰਜ਼ਾ ਜੂਨੀਅਰ ਦੇ ਉੱਤੇ।
ਵਖ ਦੀ ਲਾਨਤ ਜ਼ਮਾਨੇ ਭਰ ਦੀ ਲਾਨਤ ਭਾਈ ਤੁਹਾਡੇ ਜੰਮਣ ਵਾਲਿਆਂ ਦੇ ਉੱਤੇ ਲਾਨਤ। ਉਹ ਮਿਰਜ਼ਾ ਸੀਨੀਅਰ ਅਤੇ ਮਿਰਜ਼ਾ ਜੂਨੀਅਰ ਜੇ ਰਮੀ ਲੱਖ ਦੀ ਲਾਨਤ ਭਾਈ ਓਰਲ ਸੈਕਸ ਦੇ ਉਹ ਪੁੱਤਰੋ। ਚਲੋ ਹੁਣ ਖੁਸ਼ ਹੋ ਬਾਈ, ਆ ਜਿਹੜਾ ਕੰਮ ਹੈ ਸਾਡਾ ਉਹ ਕਰੀਏ ਕਿ ਐਵੇਂ ਇੱਧਰ ਉੱਧਰ ਦਿਸਿਆ ਸਾ ਤੁਸੀਂ ਉਸ ਸਾਥ, ਮੈਨੂੰ ਪਤਾ ਹੀ ਕੋਈ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ। ਬੜੇ ਰੌਲੇ ਪਏ ਨੇ ਯਾਰ, ਲੜਾਈਆਂ 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 ਮੁੱਕਦੀਆਂ ਨਹੀਂ। ਵਾਲੇਕੁਮ ਸਲਾਮ। ਹਾਂਜੀ ਸਿਆਲ ਸਾਹਿਬ ਫਰਮਾ ਰਹੇ ਹਾਂ ਜੀ, ਸਿਆਸੀ ਬਾਤੋਂ ਕੋ ਛੋੜੇ, ਬਿਲਕੁਲ ਮੇਰਾ ਮੌਜੂ ਹੀ ਨਹੀਂ ਜੀ ਬਾਬਾ ਜੀ, ਤੁਸੀਂ ਨਾ ਵੀ ਕਹੋ ਮੈਨੂੰ, ਮੇਰਾ ਮੌਜੂ ਹੀ ਨਹੀਂ, ਮੈਂ ਅਗਲੇ ਬੰਦੇ ਨੂੰ ਰੋਕ ਦਿੰਦਾ ਹੁੰਦਾ ਵਾ, ਮੇਰਾ ਮੌਜੂ ਹੀ ਨਹੀਂ ਹੈ। ਮੇਰੇ ਨਾਲ ਜਿਹੜੀ ਕੰਮ ਦੀ ਗੱਲ ਕਰੋ, ਮਤਲਬ ਦੀ ਗੱਲ ਕਰੋ, ਸਾਡੇ ਨੂੰ ਜਿਹੜਾ ਮਰਜ਼ੀ ਹੈ, ਸਾਨੂੰ ਨਹੀਂ ਕੋਈ ਪਤਾ ਮਤਲਬ ਦੀ। ਸ਼ਾਹ ਜੀ ਤੁਸੀਂ ਮਰਦਈਆਂ ਨੂੰ ਰਗੜਾ ਲਾਇਆ ਕਰੋ, ਬਿਲਕੁਲ ਜੀ ਉਹ ਤਾਂ ਲੱਗਦਾ ਹੀ ਰਹਿਣਾ, ਅੱਲਾ ਦੇ ਹੁਕਮ ਨਾਲ ਉਹ ਤਾਂ ਲੱਗਦਾ ਹੀ ਰਹਿਣਾ। ਉਹ ਮਾਫ਼ੀ ਕੋ ਨਹੀਂ ਹੈ, ਮਾਫ਼ੀ ਨਹੀਂ ਮਿਲਣੀ, ਮਾਫ਼ੀ ਤਾਂ ਹੈ ਹੀ ਨਹੀਂ, ਮਾਫ਼ੀ ਤਾਂ ਹੈ ਹੀ ਕੋਈ ਯਾਰ। ਜਿਹੜੇ ਬੰਦੇ ਵਾਸਤੇ ਵੇਖੋ ਮੈਂ ਆਇਆ ਵਾਂ ਅਤੇ ਬੰਦਾ ਗਾਇਬ ਹੋ ਗਿਆ, ਕਹਿੰਦੇ ਬੰਦੇ ਨੇ ਅਸਲਾਮ ਅਲੈਕੁਮ ਰਹਿਮਤੁੱਲਾ। ਸਾਬਰੀ ਸਾਹਿਬ ਤੁਹਾਡੇ ਵਾਸਤੇ ਮੈਂ ਬੈਠਾ ਜੇ ਲਾਈਵ, ਅਤੇ ਕਿੱਥੇ ਟੁਰ ਗਏ ਹੋ, ਚੰਗੇ ਬੰਦੇ ਹੋ ਤੁਸੀਂ, ਇਨਸ਼ਾਲਾ ਜੀ ਇਨਸ਼ਾਲਾ ਇਹੋ ਹੀ ਕੰਮ ਬਖਸ਼ਿਸ਼ ਦਾ ਜ਼ਰੀਆ ਹੈ। ਬਿਲਕੁਲ ਐਂ ਜੀ ਹੈ, ਬਿਲਕੁਲ ਐਂ ਜੀ ਹੈ। ਮੁਬਸ਼ਰ ਸ਼ਾਹ ਬੜਾ ਗੁਨਹਗਾਰ ਹੈ, ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਗੁਨਾਹ ਮੁਬਸ਼ਰ ਸ਼ਾਹ ਦੇ ਨੇ, ਬੜਾ ਗੁਨਹਗਾਰ। ਬਸ ਇਹੋ ਹੀ ਹੈ ਕਿ ਖਤਮੇ ਨਬੂਤ ਦਾ ਕੰਮ ਜੇ ਥੋੜ੍ਹਾ ਬਹੁਤ, ਉਹ ਵੀ ਥੋੜ੍ਹਾ ਬਹੁਤ ਹੈ, ਜ਼ਿਆਦਾ ਨਹੀਂ, ਇਹੋ ਹੀ ਬਖਸ਼ਿਸ਼ ਦਾ ਜ਼ਰੀਆ ਬਣ ਜਾਏਗਾ, ਹਜ਼ੂਰ ਜੀ ਨੂੰ ਰਾਜ਼ੀ ਕਰਨ ਦਾ ਜ਼ਰੀਆ ਬਣ ਜਾਏਗਾ। ਬਸ ਇੰਨਾ ਕੋਈ ਹੈ, ਹੋਰ ਕੋਈ ਗੱਲ ਨਹੀਂ। ਅੱਲਾ ਸਲਾਮਤੀਆਂ ਤਾਂ ਫਰਮਾਏ, ਸਵਾਬ ਦਾ ਕੰਮ ਹੈ, ਸਵਾਬ ਜਿਹਾ ਸਵਾਬ ਬਾਬਾ ਜੀ, ਬੜਾ ਵੱਡਾ ਸਵਾਬ। ਸ਼ਾਹ ਜੀ ਚਿਸ਼ਤੀ ਰਸੂਲਾਂ ਵਾਲੋਂ ਕੀ ਵੀ ਮੰਜੀ ਠੋਕਾ ਕਰੇ ਵੋ ਵੀ ਨਿਜਾਤ ਕਰ। ਹਾਂਜੀ ਬੜਾ ਜੀ ਉਹ ਠੋਕਣਾ, ਮੈਂ ਠੋਕਣਾ ਵਾਂ ਚਿਸ਼ਤੀ ਰਸੂਲਾਂ ਦਾ ਨਾਰਾ ਲਾਉਂਦੇ ਨੇ ਜਿਹੜੇ, ਉਹਨਾਂ ਦੀਆਂ ਮਾਵਾਂ ਦੇ 4 ਯਾਰਾਂ ਦੀ ਲਿਸਟ ਮੈਂ ਰੋਜ਼ਾਨਾ ਤਲਬ ਕਰਨਾ ਵਾਂ। ਓਏ ਦੱਸ ਓਏ ਮਰਜ਼ਈਆ, ਮਾਂ ਦੀ 4 ਯਾਰਾਂ ਦੀ ਲਿਸਟ ਲਿਆ ਕੇ ਦੇ, ਅਤੇ ਮੈਂ ਠੋਕਣਾ ਮੰਜੀ, ਮੰਜੀ ਠੋਕਣਾ, ਅਤੇ ਓਰਲ ਸੈਕਸ ਦਾ ਤਰੀਕਾ ਵੀ ਇਹਨਾਂ ਕੋਲ ਪੁੱਛਦੇ ਹੀ ਰਹਿੰਦਾ, ਮੈਂ ਦੱਸੇ ਨਹੀਂ ਹੈ, ਪਤਾ ਨਹੀਂ ਕੀ ਚੱਕਰ ਹੈ, ਮਾਂ ਕੋਲ ਮਸ਼ਵਰਾ ਕਰਨ ਟੁਰ ਜਾਂਦੇ ਨੇ, ਜਦੋਂ ਪੁੱਛਣਾ ਦੱਸ ਓਏ ਮਰਜ਼ਈਆ, ਉਹ ਮਾਂ ਕੋਲ ਮਸ਼ਵਰਾ ਕਰਨ ਟੁਰ ਜਾਂਦਾ। ਮਾਂ ਜੀ ਦੱਸਿਆ ਜੇ ਅਲੀ ਭਾਈ ਨੇ ਓਰਲ ਸੈਕਸ ਦਾ ਤਰੀਕਾ ਸਮਝਾਇਆ ਸੀ, ਉਹ ਤੁਹਾਨੂੰ ਯਾਦ ਹੈ ਕਿ ਨਹੀਂ? ਮੰਜੀ ਤਾਂ ਠੋਕਣੀ ਹੈ, ਮੈਂ ਦੋਵਾਂ ਮਿਰਜ਼ਿਆਂ ਦੀ ਠੋਕਣੀ ਹੈ ਅੱਲਾ ਦੇ ਹੁਕਮ ਨਾਲ। ਸਹੀ ਹੋ ਉਹ ਭਾਈ ਜੀ ਕਮੈਂਟ ਕਰੋ, ਫਿਰ ਚੁੱਪ ਹੋ ਕੇ ਬਹਿ ਗਏ ਹੋ, ਕਮੈਂਟ ਕਰੋ, ਮੈਂ ਤੁਹਾਨੂੰ ਕਾਲ 'ਤੇ ਲੈਂਦਾ ਵਾਂ, ਅਤੇ ਜਾਂ ਫਿਰ ਮੈਂ ਲਾਈਵ ਖਤਮ ਕਰਨ ਲੱਗਾ ਜੇ, ਫਿਰ ਮੈਂ 2 ਮਿੰਟ ਹੋਰ ਵੇਟ ਕਰਨਾ। قال رسول الله صلى الله عليه وسلم المدينة خير من مكة، مدینہ مکے سے بہتر ہے، صدقتا یا رسول اللہ، صدقتا یا رسول اللہ۔ حضور نے فرمایا، ਮੇਰਾ ਨਾ ਅੱਜ ਸੁਰ ਲਾਉਣ ਨੂੰ ਦਿਲ ਕਰ ਰਿਹਾ, ਵੈਸੇ ਮੈਨੂੰ ਸੁਰ ਲਾਉਣੀ ਨਹੀਂ ਆਉਂਦੀ, ਸੁਰ ਲਾਉਣ ਨੂੰ ਦਿਲ ਕਰ ਰਿਹਾ। ਹਜ਼ੂਰ ਨੇ ਫਰਮਾਇਆ
मक्का मदीने तू मदीना मक्के तू बेहतर है। हाय हाय अल मदीना तू खैरु मिन मक्का औ कमा काल अलैहि सलातु व सलाम। हाय 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 फरमाया जिससे हो सके वो मदीने में मरे, जो मदीने में मरा मैं उसकी शफात करूँगा। मन जारा कभी वाजा बतलाहू शफाती, जिसने मेरे दरबार की, मेरे दरबारे आली शान की ज़ियारत की, हजूर फरमाते हैं उसके ऊपर मेरी शफात वाजब हो गई। सुभान सुभान आह कितना मज़ा आएगा यार, माशाल्लाह। यह हुई टिक टाकर जिन्हों तुहानू पता चलना कि मुफ्ती मुबशर शाह मर गए अज। ते अज फजर की नमाज तो बाद ना बक्की शरीफ से, अच्छा फजर की नमाज तो बाद जनाजा है ते बक्की शरीफ के बच्चे मदफन। आया हाय हाय चस आ जानी, मज़ा ही आ जाना। उदन ईद होनी है, उदन ईद होनी। सुभान। अच्छा साड़ी ना साड़ी मरग के उत्ते भी कादियानिया ने वैन पाने ने, अल्लाह की कसम इन्होंने खुश उदू भी नहीं जी होना। इन्होंने मेरी गल याद रखा है, साड़ी तो मौत के उत्ते भी ना इन्हों इन्हों के घर मातम बरपा हो जाना, क्योंकि मैं पेशगोई की है। एक पेशगोई की थी मेरे कादियानी चूड़े ने कि हम मक्के में मरेंगे या मदीने में मरेंगे, वो लाहौर टट्टी मुतर करता मर गया, उन्होंने मक्का मदीना वेखना तक नसीब नहीं होया। तो मैं क्या कादियानी वो मुफ्ती मुबशर शाह मर के तुम्हें आएगा मदीने के बच्चे, तो मदीने ही इंशाल्लाह बक्की च मदफन होएगा। साड़ी पेशगोई अगर पूरी हो गई ना तो समझ लिया जे साड़ी लाश के उत्ते कि मिर्जा कादियानी झूठा तो कजाब है। जिस दिन मुफ्ती मुबशर शाह बक्की च मदफन होएगा ना तो कादियानियत के आवाना के अग लग जा रही है, समझ आई कि नहीं। ये शाला वेखो सही बंदा की है। अल्लाह अकबर। बाबा जी थोड़ा रादा को नहीं है मैनू लगता है, फिर मैं लाइव बंद कर लगा जे तुम्हें चंगा मैनू केड़े पेंडे पा छड़े, मैं तो थोड़ी खतर आया सर बंद कर लगा मैं। चलो चलो भाई रब रखा जी, अगर कोई और हो गया तो फिर अगर कोई की आंदे हो भाई टट्टी हो ओ की आंदे हो पे भाई जी की आंदे हो पे की कोई होर हो गया की कोई होर हो गया होर कुछ नहीं होंदा, ये मदीने ही मरना है छड़ दियो कुछ नहीं होर होंदा। असी गुलाम नहीं है, साड़ी हजूर जी लज नहीं रखे है, कुछ नहीं होर हुंदा, हुंदा की होना, कुछ भी नहीं होना, यो ही होना बस, कख भी नहीं होना। मदीने मरना तो मरना मदीने मरना बस इंशाल्लाह। जवाब सुन लिया जो विकास जवाब दिंदा पैंदा, फिर भी मेरे काफर ही रहना, कुछ होर भी हो गया ना मेरे तेरे फिर भी काफर रहना, तुम एडे तावले ना होवो। चलो जी रब रखा जी, अस्सलाम वालेकुम व रहमतुल्लाह।